ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਤਪਾਲ ਸਿੰਘ ਸਾਰੇ ਤੁਸੀਂ ਮੈਨੂੰ ਜਾਣਦੇ ਹੋਵੋਗੇ ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੱਕੀ ਦੇ ਸਾਈਲੇਜ ਦੀ ਤੇ ਮੈਂ ਤੁਹਾਨੂੰ ਕਮਾਂ ਵੀ ਮੱਕੀ ਦਾ ਜਿਹੜਾ ਸਾਈਲੇਜ ਆਪਾਂ ਪਾਉਨੇ ਆ ਵੀ ਇਹ ਇੱਕ ਲਾਸ ਮੇਕਿੰਗ ਪ੍ਰੋਸੈਸ ਆ ਤੇ ਗੱਲ ਥੋੜੀ ਹੀ ਹੈਰਾਨੀ ਵਾਲੀ ਹੈ ਕਿ ਅਗਰ ਅਸੀਂ ਇਹ ਲਾਸ ਮੇਕਿੰਗ ਪ੍ਰੋਸੈਸ ਨੂੰ ਕਹਨੇ ਆ ਤੇ ਫਿਰ ਵੀ ਜਿਹੜੇ ਵੱਡੇ ਵੱਡੇ ਫਾਰਮ ਆ ਇਹ ਮੱਕੀ ਦਾ ਚਾਰ ਕਿਉਂ ਪਾਉਂਦੇ ਆ ਇਹਦੇ ਬਾਰੇ ਤੁਹਾਨੂੰ ਥੋੜਾ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਵਾਂ ਤੇ ਕੋਈ ਵੀ ਫਾਰਮਰ ਜਿਹੜਾ ਕਿਸੇ ਟੋਏ ਦੇ ਵਿੱਚ 10 ਕਿੱਲਿਆਂ ਦਾ ਸਾਈਲੇਜ ਪਾਉਂਦਾ ਤੇ ਉਹਦੇ ਵਿੱਚੋਂ ਹੋ ਸਕਦਾ ਉਹਨੂੰ 8.5 ਕਿੱਲਿਆਂ ਦਾ ਸਾਈਲੇਜ ਨਿਕਲੇ ਤੇ ਹੋ ਸਕਦਾ 8 ਕਿੱਲਿਆਂ ਦਾ ਨਿਕਲੇ ਜਿਹਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਸਾਈਲੇਜ ਦਾ ਡਰਾਈ ਮੈਟਰ ਲਾਸ ਆ ਚਾਹੇ ਉਹ ਜਿਹੜਾ ਸਾਡਾ ਸ਼੍ਰਿੰਕ ਲਾਸ ਆ ਤੇ ਚਾਹੇ ਸਾਡਾ ਜਿਹੜਾ ਡਰਾਈ ਮੈਟਰ ਲਾਸ ਆ ਅਗਰ ਤੁਸੀਂ ਮੇਰੇ ਖੱਬੇ ਪਾਸੇ ਦੇਖ ਸਕਦੇ ਹੋ ਤੇ ਇਦਾਂ ਦੇ ਜਿਹੜੇ ਲਾਸ ਆ ਸਾਡੇ ਸਾਈਲੇਜ ਦੇ ਵਿੱਚ ਜਿਹੜੇ ਆਉਂਦੇ ਆ ਪਰ ਇੰਨੇ ਲਾਸ ਦੇ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਮੱਕੀ ਦਾ ਸਾਈਲੇਜ ਕਿਉਂ ਪ੍ਰੇਫਰ ਕਰਦੇ ਆ ਇਹਦੇ ਵਿੱਚ ਅਗਰ ਅਸੀਂ ਇੱਕ ਬੂਟੇ ਦੀ ਸਟੇਜ ਨੂੰ ਦੇਖੀਏ ਕਿ ਇੱਕ ਬੂਟੇ ਦੀ ਜਿਹੜੀ ਸਟੇਜ ਆ ਉਹ ਕੁਝ ਜਿਹੜੇ 100 ਦਿਨ ਤੱਕ ਦਾ ਬੂਟਾ ਆ ਜਾਂ 90 ਦਿਨ ਤੱਕ ਦਾ ਬੂਟਾ ਤੇ ਉਹਦੇ ਵਿੱਚ ਡਾਈਜੈਸਟਿਬਿਲਟੀ ਦਾ ਬਹੁਤਾ ਪਰ ਉਹਦੇ ਵਿੱਚ ਜਿਹੜਾ ਡਰਾਈ ਮੈਟਰ ਕੰਟੈਂਟ ਬਹੁਤ ਘੱਟ ਆ ਤੇ ਅਗਰ ਅਸੀਂ ਇਹਨੂੰ ਹੋਰ ਉੱਪਰ ਦੇਖਦੇ ਆ ਕਿ ਜਦੋਂ ਮਚਿਓਰਿਟੀ ਵਾਲ ਬੂਟਾ ਚਲਾ ਜਾਂਦਾ ਤੇ ਉਹਦੇ ਵਿੱਚ ਡਰਾਈ ਮੈਟਰ ਦੇ ਬਹੁਤ ਆ ਜਾਂਦਾ ਪਰ ਉਹਦੀ ਜਿਹੜੀ ਡਾਈਜੈਸਟਿਬਿਲਟੀ ਘੱਟ ਆ ਜਾਂਦੀ ਆ ਤੇ ਬੂਟੇ ਦੀ ਜ਼ਿੰਦਗੀ ਦੇ ਵਿੱਚ 10-15 ਦਿਨ ਦੀ ਵਿੰਡੋ ਇੱਕ ਇਦਾਂ ਦੀ ਆਉਂਦੀ ਆ ਵੀ ਜਿਹਦੇ ਵਿੱਚ ਉਹਦੀ ਡਾਈਜੈਸਟਿਬਿਲਟੀ ਵੀ ਆਪਟੀਮਮ ਹੁੰਦੀ ਆ ਤੇ ਉਹਦੇ ਵਿੱਚ ਜਿਹੜਾ ਡਰਾਈ ਮੈਟਰ ਵੀ ਆਪਟੀਮਮ ਹੁੰਦਾ ਤੇ ਜਿਹੜੀ ਉਹ ਵਾਲੀ ਸਟੇਜ ਆ ਉਹੀ ਸਟੇਜ ਅਸੀਂ ਸਾਰਾ ਸਾਲ ਜਿਹੜਾ ਆਪਣੇ ਜਾਨਵਰਾਂ ਵਾਸਤੇ ਪ੍ਰੀਜ਼ਰਵ ਕਰਕੇ ਰੱਖਦੇ ਆ ਤੇ ਉਹ ਲਾਸ ਮੇਕਿੰਗ ਪ੍ਰੋਸੈਸ ਹੋਣ ਦੇ ਬਾਵਜੂਦ ਬਾਵਜੂਦ ਵੀ ਜਿਹੜਾ ਸਾਡੇ ਫਾਰਮ ਦੇ ਲਈ ਸਾਡੇ ਜਿਹੜੇ ਜਾਨਵਰਾਂ ਲਈ ਉਹ ਬੈਨੀਫੀਸ਼ੀਅਲ ਹੁੰਦਾ ਤੇ ਅਸੀਂ ਗੱਲ ਕਰੀਏ ਕਿ ਸਾਈਲੇਜ ਇੱਕ ਸ਼ਰਾਪ ਵੀ ਆ ਤੇ ਇੱਕ ਵਰਦਾਨ ਵੀ ਆ ਤੇ ਅਗਰ ਇਹਨੂੰ ਅਸੀਂ ਸਾਈਲੇਜ ਨੂੰ ਸ਼ਰਾਪ ਵਾਲੇ ਪਾਸੇ ਉਹ ਦੇਖੀਗੇ ਤੇ ਜਿਹੜਾ ਸਾਡੇ ਸਾਈਲੇਜ ਦੇ ਵਿੱਚ ਤੁਸੀਂ ਦੇਖੋਗੇ ਫੰਗਸ ਆ ਜਾਂਦੀ ਆ ਜਿਸ ਦੇ ਨਾਲ ਸਾਡੇ ਫਾਰਮ ਦੇਤੇ ਮਸਟਾਈਟਸ ਦੇ ਕੇਸ ਆ ਜਾਂਦੇ ਆ ਜਾਂ ਸਾਡੇ ਅਬੋਰਸ਼ਨ ਦੇ ਕੇਸ ਆ ਜਾਂਦੇ ਆ ਤੇ ਆਪੇ ਨੂੰ ਵਰਦਾਨ ਵਾਲੇ ਪਾਸੇ ਦੇਖੀਏ ਕਿ ਇਹ ਜਿਹੜਾ ਸਾਡਾ ਸਾਈਲੇਜ ਆ ਤੇ ਇਹ ਸਾਡੇ ਡੇਰੀ ਫਾਰਮ ਦੀ ਜਿਹੜੀ ਜੜ੍ਹ ਆ ਇਹਦੇ ਬਿਨਾ ਇੱਕ ਡੇਰੀ ਫਾਰਮ ਜਿਹੜਾ ਸਰਵਾਈਵ ਨਹੀਂ ਕਰ ਪਾਉਂਦਾ ਕਿਉਂਕਿ ਸਾਡਾ ਜਿਹੜਾ 50% ਦਾ ਜਿਹੜਾ ਡਰਾਈ ਮੈਟਰ ਆ ਜਾਂ ਅਸੀਂ ਕਹੀਏ ਕਿ 50% ਜਿਹੜੀ ਸਾਡੀ એનર્ਜੀ ਆ ਉਹ ਸਾਡੇ ਜਿਹੜੇ ਸਾਈਲੇ ਦੇ ਉੱਤੋਂ ਆਉਂਦੀ ਆ ਤੇ ਸਾਈਲੇ ਦੇ ਵਿੱਚ ਜਿਹੜੀਆਂ ਸਭ ਤੋਂ ਜਿਹੜੀਆਂ ਮੇਨ ਦੋ ਇੰਪੋਰਟੈਂਟ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹਣਾ ਹੈ ਕਿ ਪਹਿਲੀ ਗੱਲ ਤਾਂ ਹੈਗੀ ਆ ਕਿ ਸਾਈਲੇ ਦੇ ਵਿੱਚ ਐਨੈਰੋਬਿਕ ਜਿਹੜੀ ਕੰਡੀਸ਼ਨ ਆ ਕਿ ਸਾਈਲੇ ਦੇ ਵਿੱਚ ਜਦੋਂ ਅਸੀਂ ਸਾਈਲੇਜ ਪਾਉਨੇ ਆ ਕਿ ਉਹਨੂੰ ਅਸੀਂ ਇੰਨਾ ਕੁ ਜ਼ਿਆਦਾ ਕੰਪੈਕਟ ਕਰਨਾ ਕਿ ਉਹਦੀ ਜਿਹੜੀ ਆਕਸੀਜਨ ਆ ਉਹ ਅਸੀਂ ਬਿਲਕੁਲ ਉਹਦੇ ਵਿੱਚੋਂ ਬਾਹਰ ਕੱਢ ਦਈਏ ਕਿਉਂਕਿ ਇੱਕ ਕਿਸੇ ਚੀਜ਼ ਨੂੰ ਗਲਣ ਵਾਸਤੇ ਤੇ ਕਿਸੇ ਚੀਜ਼ ਨੂੰ ਇੱਕ ਕੁਆਲਿਟੀ ਦਾ ਸਾਈਲੇਜ ਬਣਨ ਵਾਸਤੇ ਸਿਰਫ ਤੇ ਸਿਰਫ ਜਿਹੜੀ ਆਕਸੀਜਨ ਜ਼ਿੰਮੇਵਾਰ ਆ ਅਗਰ ਜਿਹੜੀ ਉਹਦੀ ਫਰਮੈਂਟੇਸ਼ਨ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੋਊਗੀ ਤਾਂ ਉਹ ਗਲਵੇਗਾ ਅਗਰ ਆਕਸੀਜਨ ਦੀ ਪ੍ਰੈਜੈਂਸ ਤੋਂ ਬਿਨਾ ਹੋਏਗੀ ਐਨੈਰੋਬਿਕ ਕੰਡੀਸ਼ਨ ਦੇ ਵਿੱਚ ਹੋਏਗੀ ਤਾਂ ਉਹ ਇੱਕ ਕੁਆਲਿਟੀ ਦਾ ਸਾਈਲੇਜ ਬਣੇਗਾ ਦੂਜੀ ਕੰਡੀਸ਼ਨ ਹੈਗੀ ਹੈ ਜਿਹੜੀ ਫਰਮੈਂਟੇਸ਼ਨ ਤੇ ਫਰਮੈਂਟੇਸ਼ਨ ਜਿੱਦੀ ਜਲਦੀ ਸਟਾਰਟ ਹੋਏਗੀ ਆਪਣੇ ਸਾਈਲੇ ਦੇ ਵਿੱਚ ਉਨੀ ਉਹਦੀ ਜਿਹੜੀ ਕੁਆਲਿਟੀ ਵਧੀਆ ਬਣੇਗੀ ਤੇ ਜਿੰਨੀ ਉਹਦੀ ਕੁਆਲਿਟੀ ਜਿਹੜਾ ਸਾਡਾ ਸਾਈਲੇਜ ਆ ਕੁਆਲਿਟੀ ਸਾਈਲੇਜ ਆ ਜਿਹਨੂੰ ਅਸੀਂ ਕਹਨੇ ਆ ਕਿ ਉਹਦੀ ਜਿਹੜੀ ਐਸਿਡਿਟੀ ਹੈ ਜਿਹੜਾ ਉਹ ਲੈਕਟਿਕ ਐਸਿਡ ਦੇ ਰਾਈ ਉਹ ਡੋਮਿਨੇਟ ਹੋਣਾ ਚਾਹੀਦਾ ਉਹਦੇ ਵਿੱਚ ਜਿਹੜੀ ਸਾਡੀ ਲੈਕਟਿਕ ਐਸਿਡ ਦੀ ਬਹੁਤਾਤ ਹੋਣੀ ਚਾਹੀਦੀ ਹੈ ਇਹ ਜਿਹੜੇ ਦੋ 골ਡਨ ਰੂਲ ਆ ਕਿ ਇੱਕ ਜਿਹੜਾ ਸਾਈਲੇਜ ਨੂੰ ਕੁਆਲਿਟੀ ਦਾ ਸਾਈਲੇਜ ਬਣਾਉਂਦੇ ਆ ਤੇ ਅਸੀਂ ਸਾਈਲੇਜ ਦੀ ਜਿਹੜੀ ਚੋਪਿੰਗ ਲੈਂਥ ਦੀ ਗੱਲ ਕਰਦੇ ਆ ਕਿ ਅਸੀਂ ਕਹਿੰਨੇ ਕਿ ਉਹਦਾ ਪਾਰਟੀਕਲ ਸਾਈਜ਼ ਕਿੰਨਾ ਹੋਣਾ ਚਾਹੀਦਾ ਤੇ ਦੋਸਤੋ ਉਹ 1/2 ਇੰਚ ਤੋਂ ਲੈ ਕੇ 1 1/4 ਇੰਚ ਹੋਣਾ ਚਾਹੀਦਾ ਅਗਰ ਅਸੀਂ ਉਹਨੂੰ 1/2 ਇੰਚ ਤੋਂ ਕੱਟ ਕਰਦੇ ਆ ਤੇ گاਵਾ ਦੀ ਜਿਹੜੀ ਰਿਮੀਨੇਸ਼ਨ ਘਟਦੀ ਆ ਰਿਮੀਨੇਸ਼ਨ ਘਟਣ ਨਾਲ ਉਹਦੀ ਫੈਟ ਘਟ ਜਾਂਦੀ ਆ ਅਗਰ ਅਸੀਂ ਉਹ ਜਿਹੜਾ 1 1/4 ਇੰਚ ਤੋਂ ਲੈ ਕੇ ਤੇ ਅਗਰ 1 ਇੰਚ 1 1/2 ਇੰਚ ਤੱਕ ਜਿਹੜਾ ਹੋਰ ਸਾਡੇ ਜਿਹੜੇ ਉਹ ਜਿਹੜੇ ਸਾਈਜ਼ ਆ ਉਹ ਵੱਡੇ ਜਾਂਦੇ ਆ ਉਹਦੇ ਨਾਲ ਗਾਵਾਂ ਜਿਹੜੀਆਂ ਛਾਂਡ ਛਾਂਡ ਕੇ ਖਾਂਦੀਆਂ ਜਿਹਦੇ ਨਾਲ ਵੀ ਮਿਲਕ ਡਿਪਰੈਸ਼ਨ ਆਉਂਦੀ ਆ ਤੇ ਜਿਹਦੇ ਨਾਲ ਜਿਹੜਾ ਡਰਾਈ ਮੈਟਰ ਇਨਟੇਕ ਆ ਉਹ ਵੀ ਘਟ ਜਾਂਦਾ ਜਿਹੜੀ ਉਹਦੀ ਕਟਿੰਗ ਹਾਈਟ ਦੀ ਗੱਲ ਕਰਦੇ ਆ ਤੇ ਦੋਸਤੋ ਜਿਹੜੇ ਸਾਡੇ ਫਾਰਮਰ ਵੀਰ ਜਿਹੜੇ ਆ ਉਹ ਜਦੋਂ ਸਾਇਲੇਜ ਦੀ ਕਟਿੰਗ ਕਰਦੇ ਆ ਤੇ ਉਹ ਬਿਲਕੁਲ ਜ਼ਮੀਨ ਦੇ ਨੇੜੇ ਤੋਂ ਜਾ ਕੇ ਕਟਿੰਗ ਕਰਦੇ ਆ ਅਗਰ ਅਸੀਂ ਮਿੱਟੀ ਦੇ ਵਿੱਚ ਕਲਸਟਰੀਡੀਆ ਦੀ ਗੱਲ ਕਰੀਏ ਅਗਰ ਸਾਇਲੇਜ ਦੀ ਕਲਸਟਰੀਡੀਆ ਦੀ ਗੱਲ ਕਰੀਏ ਤੇ ਅਗਰ ਜਿਹੜੀ ਸਾਡੀ ਕਟਿੰਗ ਹਾਈਟ ਆ ਉਹ 1 ਇੰਚ ਜਾਂ 1.5 ਇੰਚ ਆ ਤੇ ਉੱਥੇ ਸਾਡੇ ਜਿਹੜੇ ਕਲਸਟਰੀਡੀਆ ਦੇ ਯੂਨਿਟ ਆ ਉਹ 84000 ਯੂਨਿਟ ਪਰ ਗ੍ਰਾਮ ਜਿਹੜੇ ਸਾਈਲੇ ਦੇ ਵਿੱਚੋਂ ਪਾਏ ਜਾਂਦੇ ਆ ਇਸੇ ਜਗ੍ਹਾ ਤੇ ਅਸੀਂ ਉਹਨੂੰ 4 ਇੰਚ ਦੀ ਜਗ੍ਹਾ ਤੇ ਕਟਿੰਗ ਕਰਦੇ ਆ ਤੇ ਉਹਦੇ ਨਾਲ ਜਿਹੜੇ ਕਲਸਟਰੀਡੀਆ ਯੂਨਿਟ ਆ ਉਹ ਸਾਡੇ ਜਿਹੜੇ 4000 ਯੂਨਿਟ ਪਰ ਗ੍ਰਾਮ ਆ ਜਾਂਦੇ ਆ ਤੇ ਤੁਸੀਂ ਦੇਖਦੇ ਹੋਗੇ ਜਿਹੜਾ ਇਹ ਬਹੁਤ ਵੱਡਾ ਗੈਪ ਆ ਤੇ ਇਹ ਸਾਡੇ ਵੱਲੋਂ ਰეკਮੈਂਡੇਸ਼ਨ ਆ ਪੂਰੇ ਵਰਡ ਦੀ ਰეკਮੈਂਡੇਸ਼ਨ ਇਹੀ ਆ ਕਿ ਘੱਟੋ ਘੱਟ ਜਿਹੜੀ ਕਟਿੰਗ ਹਾਈਟ ਆ ਉਹ 6 ਇੰਚ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਅਸੀਂ ਆਪਣੇ ਸ ਕੱਟ ਕਰ ਸਕੀਏ ਤੇ ਕਲਸਟਰੀਡੀਆ ਜਿਹੜਾ ਬੈਕਟੀਰੀਆ ਉਹ ਜ਼ਿੰਮੇਵਾਰ ਹੈਗਾ ਕਿ ਜਿਹੜੇ ਨਾਲ ਸਾਡੀ ਜਿਹੜੀ ਸਾਈਲੇ ਦੀ ਪ੍ਰੋਟੀਨ ਉਹ ਵੀ ਡੇਮੇਜ ਹੁੰਦੀ ਹੈ ਤੇ ਜਿਹੜਾ ਸਾਡਾ ਸਾਈਲੇ ਦਾ ਸਟਾਰਚ ਹੈ ਜਿਹੜਾ ਉਹ ਵੀ ਜਿਹੜਾ ਇਫੈਕਟ ਹੁੰਦਾ ਤੇ ਕਟਿੰਗ ਤੋਂ ਬਾਅਦ ਅਗ ਕੰਪੈਕਸ਼ਨ ਦੀ ਗੱਲ ਕਰੀਏ ਤੇ ਕੰਪੈਕਸ਼ਨ ਸਾਡੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨੀ ਅਸੀਂ ਆਕਸੀਜਨ ਉਹ ਜੋ ਬਾਹਰ ਕੱਢਾਂਗੇ ਓਨੀ ਹੀ ਜ਼ਿਆਦਾ ਜਿਹੜੀ ਸਾਡੇ ਸਾਈਲੇ ਦੀ ਕੁਆਲਿਟੀ ਬਣੇਗੀ ਤੇ ਕੰਪੈਕਸ਼ਨ ਸਾਡੀ ਇੰਨੀ ਹੀ ਹੋਣੀ ਚਾਹੀਦੀ ਹੈ ਵੀ ਅਸੀਂ ਅਗਰ 1 ਫੁੱਟ ਸਾਈਲੇ ਜਿਹੜਾ ਪ੍ਰਿਪੇਅਰ ਹੋਇਆ ਸਾਈਲੇ ਚੱਕੀਏ ਉਹ ਇੱਕ ਕਿਊਬਿਕ ਫੁੱਟ ਦੇ ਵਿੱਚ ਜਿਹੜਾ ਸਾਡਾ ਸਾਇਲੇਜ ਆ ਉਹ 18 ਕਿਲੋ ਆ ਜਾਂਦਾ ਤੇ ਜਦੋਂ ਅਸੀਂ ਇਸ ਕੰਪੈਕਸ਼ਨ ਦੇ ਉੱਤੇ ਕੰਮ ਕਰਦੇ ਆ ਤਾਂ ਜਿਹੜਾ ਸਾਡੇ ਜਿਹੜੇ ਸਾਇਲੇਜ ਦੀ ਕੁਆਲਿਟੀ ਬਹੁਤ ਵਧੀਆ ਬਣਦੀ ਹੈ ਦੂਜੀ ਗੱਲ ਇਹ ਆ ਕਿ ਕੰਪੈਕਸ਼ਨ ਤੋਂ ਬਾਅਦ ਉਹਦੀ ਜਿਹੜੀ ਕਵਰਿੰਗ ਆ ਕਵਰਿੰਗ ਇੱਕ ਸਾਡੀ ਪ੍ਰੋਪਰ ਜਿਹੜਾ ਸੀਲ ਹੋਣਾ ਚਾਹੀਦਾ ਜਿਹਦੇ ਵਿੱਚ ਬਾਹਰੋਂ ਆਕਸੀਜਨ ਦੀ ਜਗ੍ਹਾ ਜਾਂ ਕੋਈ ਵੀ ਆਪਣਾ ਬਰਸਾਤੀ ਪਾਣੀ ਹੈ ਉਹ ਕੋਈ ਵੀ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਤਾਂ ਹੀ ਅਸੀਂ ਜਿਹੜਾ ਆਪਣਾ ਜਿਹੜਾ ਸਾਡਾ ਸਾਇਲੇਜ ਆ ਉਹਨੂੰ ਇੱਕ ਕੁਆਲਿਟੀ ਸਾਇਲੇਜ ਬਣਾ ਸਕਦੇ ਆ ਤੇ ਹੋਰ ਜਿਹੜੇ ਇਹਦੇ ਟਿਪਸ ਆ ਕੁਆਲਿਟੀ ਸਾਈਲੇਜ ਦੇ ਵਿੱਚ ਹੋਰ ਅਸੀਂ ਫਰਮੈਂਟੇਸ਼ਨ ਵਾਸਤੇ ਕੀ ਹੈਲਪ ਕਰ ਸਕਦੇ ਆ ਕਿਦਾਂ ਦੇ ਜਿਹੜੇ ਬੈਕਟੀਰੀਆ ਉਹ ਜਿਹੜੇ ਜਦੋਂ ਅਸੀਂ ਸਾਈਲੇਜ ਬੰਦ ਕਰ ਦਿੰਨੇ ਆ ਜਿਹੜਾ ਸਾਡਾ ਟੋਆ ਬੰਦ ਹੋ ਜਾਂਦਾ ਤੇ ਉਹਦੇ ਵਿੱਚ ਕਿਹੜੀ ਸਾਇੰਸ ਚੱਲਦੀ ਆ ਕਿਹੜੇ-ਕਿਹੜੇ ਬੈਕਟੀਰੀਆ ਗਰੋ ਕਰਦੇ ਆ ਕਿਹੜੇ ਬੈਕਟੀਰੀਆ ਡੋਮੀਨੇਟ ਹੁੰਦੇ ਆ ਇਹਦੇ ਬਾਰੇ ਵੀ ਇੱਕ ਵੀਡੀਓ ਜਿਹੜੀ ਬੜੀ ਜਲਦੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਧੰਨਵਾਦ